في كل الصعاد، وليا وحافظا وقائدا وناصرا ودليلا وعينا، حتى تسكنه أرزقا طوعا وتمتعه فيها طويلا. يا كاشف الكرب عن وجه الحسين، اكشف كربي وكرب المؤمنين بحق أخيك الحسين. يا أبا الفضل العباس عليه السلام، بواز بلند صلوات، ذکر عظیم دی قبولیت واسطے اچھی صلوات پڑھو. دعا دی منظوری واسطے باواز بلند صلوات. مرحومین دے درجات دی بلندی واسطے اچھی صلوات پڑھو. امام زمانہ دی ظہور و سلامتی واسطے بھی ایک صلوات. دعائے مالک ذکر قبول فرماؤن، بانیان دے عظیم محنت مالک قبول فرماؤن، ذاکرین جو پڑھ گئے انہوں دی پڑھائی، جنہاں پڑھنا ہے انہوں دی نوکری، میں ناچیز دی ڈپٹی ذکر دے وارث قبول فرماؤن. اجازت ہے میں قرآن دے وارثاں دا ذکر شروع. اسے امام زمانہ دا صدقہ اے گیپ تھوڑا پر کرو، چاہے اس سائڈ والے میں دو دو قدم اتھے، اے گیپ اچھا نہیں پہ لگدا، باقی ایڈو کم ٹھیک. ذکر جو سونا ہے، ذکر دے وارث جو سونے، اے کریم گھرانے، نہ معصومہ دی محتاجی، نہ قبلہ وقتاں دی پابندی، وقت دا پہیا چلدا پہ، کدی سردی دا روج، کدی گرمی دی اخیر، لیکن قرآن کی قسم موسم بدل دین، ذکر اوویں جاری ہے. مالکاں دی زیارت دا سجدہ سلامی کر کے واپس حاضر خدمت ہوئے. اج دی پہلی بسم اللہ قبلہ انہاں لفظاں تو کہ لوگاں کوشش کیتی اس گھرانے نو گھٹاون دی، حسد چلیا ہے تھانوں پتہ ہے، بڑی بڑی حکومتاں لگیاں، تخت و تاج لگے، انہاں دی عظمت گھٹے، انہاں دی فضیلت گھٹے، تے علی اس نو آ دن جے دے وچ دشمن نو بھی عیب نہ لبے. بابا اسد شاہ جی تشریف لین، مالکاں دے عظیم گھرانے دے فردن، مالک درجات بلند کرے بابے 78 والے دے، چونکہ اس تاریخ چ اساں تے بادشاہاں دی نگری چ اسیں اتھے دعاواں منگدے رہے ہیں، اور لائیو کچھ ذاکرین بھی اتھے سن دے رہے ہیں. اساں دشمن کوشش کردا ہے نا کہ میں اپنے مخالف وچ اودی شکایت کراں، تم عیب لب کے او اسنوں اچھالا. اور قبلہ باقاعدہ تواریخ وچ شام جیسے وڈیرے دشمن باقاعدہ محفلاں لوائیاں تے اپنے چمچیاں نوں اکھیوس
ਇੱਕ ਬੜਾ ਚਰ ਉਹ ਦੌਰ ਆਈ ਨਾ, ਪੈਸੇ ਦਿੰਦੇ ਹਨ ਅਤੇ ਆਪਣੇ ਸ਼ਹਿਰਾਂ ਨੂੰ ਆਦਿਆਂ ਮੁਖਾਲਫਾਂ ਦੀ ਸ਼ਿਕਾਇਤ ਕਰੋ ਸ਼ਹਿਰੀ ਦੇ ਰੰਗ ਵਿੱਚ, ਤਾਂ ਇੱਕ ਵੱਡੇ ਸਾਰੇ ਸ਼ਹਿਰ ਹੁਣ ਮਿੰਬਰ 'ਤੇ ਉੱਠਾ ਖਲੋਤਾ ਹੈ। ਬੜਾ ਪੁਰਲੁਤਫ ਮੰਜ਼ਰ ਹੈ ਅਤੇ ਵਡੇਰਾ ਦੁਸ਼ਮਣਾਂ ਦੇ ਹਾਂ ਜਿਹੜੇ ਮਕਸਦ ਵਾਸਤੇ ਤੈਨੂੰ ਉਠਾਇਆ, ਕੋਈ ਨਕਸ ਕੋਈ ਐਬ ਉਹਦਾ ਲਿਖ ਕੇ ਗਿਣਨਾ ਹੈ। ਅਲਹਮਦੁਲਿਲਾ ਬਾਣੀਆਂ ਦੀ ਮੁਹੱਬਤ ਅਕੀਦਤ ਦਾ ਤਾਲੁਕ ਹੈ, ਜ਼ਾਕਰੀਨ ਦੀ ਕਮੀ ਨਹੀਂ, ਆਪਣੇ ਆਪਣੇ ਵਕਤ ਹੈ। ਡਿਪਟੀ ਹੁਸਨ ਗੋ ਕੇ ਪਹਿਲਾ ਜ਼ਾਕਿਰ ਅਕਸਰ ਸਰਦੀਆਂ 'ਚ ਉਹ ਆਪਣੇ ਵਕਤ ਤੋਂ ਥੋੜ੍ਹਾ ਲੇਟ ਉੱਠੀਂਦਾ, ਤਾਂ ਮਤਾਜ ਸਾਹਿਬ ਸਮਝਣ ਵੀ ਮੈਂ 10 ਵਜੇ ਦਾ ਉੱਠਾ ਖਲੋਤਾ, ਮੈਂ ਹੁਣ ਉੱਠਾ। ਅਤੇ ਬਹਰਹਾਲ ਡਿਪਟੀ ਵੀ ਪੂਰੀ ਹੋਵੇ ਅਤੇ ਵਕਤ ਹੀ ਮੁਨਾਸਿਬ ਹੋਵੇ। ਸ਼ੀਆ ਮਿਆਣੀ ਦੇ ਸ਼ਰੀਫਾਓ, ਜਿਹਨੇ ਇਸ ਵਡੇਰੇ ਆਖਾ ਨਾ ਕਿ ਜਿਹੜੇ ਮਕਸਦ ਵਾਸਤੇ ਤੈਨੂੰ ਡਾਲਰ ਦਿੱਤੇ ਨੇ, ਅਤੇ ਕੋਈ ਲਿਖਾ ਹੀ ਅਲੀ ਦੀ ਕੋਈ ਸ਼ਿਕਾਇਤ ਕੋਈ ਨਕਸ, ਕਰੋੜਾਂ ਸਲਾਮੀਆਂ ਨਜਫ ਦਾ ਵਾਲੀ, ਤੇਰੀ ਪਾਕ ਅਜ਼ਮਤ ਅਤੇ ਤੇਰੀ ਬੁਲੰਦੀ ਦੇ ਕਦ ਨੂੰ, ਜਿਹੜਾ ਵਡੇਰੇ ਆਖੇ ਨਾ ਕੋਈ ਨਕਸ ਕੋਈ ਸ਼ਿਕਾਇਤ, ਇਹ ਆਦੇ ਸ਼ਰਮ ਨਹੀਂ ਵੀ ਆਉਂਦਾ। ਅਲੀ ਆਦੇ ਉਸੇ ਨੂੰ ਇੰਜ ਜਿਸ ਵਿੱਚ ਐਬ ਨਾ ਲੱਭੇ। ਬਾਬਾ ਅਲੀ ਅਲੀ ਹੈ, ਅਲੀ ਜਿਹਾ ਕੋਈ ਨਹੀਂ, ਸਾਰੀ ਜ਼ਿੰਦਗੀ ਅਲੀ ਅਲੀ ਹੈ। ਸਾਡੇ ਸਾਹ ਵਿੱਚ ਇਸ ਘਰਾਨੇ ਦੀ ਮੁਹੱਬਤ ਹੈ, ਕਿਸੇ 'ਤੇ ਅਹਿਸਾਨ ਨਹੀਂ ਕਰਦੇ, ਨਾ ਕੋਈ ਸ਼ੋਬਾਜ਼ੀ ਹੈ ਨਾ ਕੋਈ ਤਸੰਨੋ ਬਨਾਵਟ ਹੈ। ਇਸ ਘਰ ਦੇ ਬਗੈਰ ਨਿਭਦੀ ਨਹੀਂ, ਇਹਨਾਂ ਦੇ ਬਗੈਰ ਗੁਜ਼ਾਰਾ ਨਹੀਂ। ਅੱਛਾ, ਹੋਰ ਸ਼ਿਕਾਇਤ ਨਹੀਂ ਲੱਭੀ ਨਾ, ਇਹਨਾਂ ਵਿੱਚੋਂ ਇੱਕ ਬਾਤ ਛੋੜ ਦਿੱਤੀ, ਜਿਹੜੇ ਅਲੀ ਦੇ ਵਿੱਚ ਬੜੀਆਂ ਖਸੂਸੀਆਤ ਹਨ, ਲੇਕਿਨ ਫਲਾਂ ਫਲਾਂ ਦੇ ਮੁਕਾਬਲੇ 'ਚ ਅਲੀ ਦਾ ਕੱਦ ਛੋਟਾ ਆਈ। ਬਾਦਸ਼ਾਹ ਮਿਆਣੀ ਦੇ ਮਿਆਰ 'ਤੇ ਪੂਰੀ ਉਤਰੇ, ਤਾਂ ਸਮਾਤਾਂ ਉੱਚੀਆਂ ਰੱਖ ਛੁੜੇ, ਉਹ ਤੁਹਾਨੂੰ ਪਤਾ ਹੈ ਹੱਥੀ ਪਾਉਣ ਵਾਲੀ ਜ਼ਾਕਰੀ ਨਹੀਂ, ਜੋ ਬਾਰ ਬਾਰ ਮੈਂ ਤੁਹਾਨੂੰ ਮਜਬੂਰ ਕਰਾਂ ਜੋ ਹੱਥ ਉੱਚਾ ਚਾਹ ਅਤੇ ਹੁਣ ਇੰਝ ਕਰ ਹੁਣ ਉਂਝ, ਨਾ ਇਹ ਤੇਰੇ ਮੈਰਿਟ 'ਤੇ ਮੁਨਸਰੇ। ਅਲੀ ਦਾ ਕੱਦ ਛੋਟਾ, ਇੱਕ ਫਲਾਂ 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 ਦੇ ਮੁਕਾਬਲੇ 'ਚ ਅਲੀ। ਦੇਖੋ ਸ਼ਿਕਾਇਤ ਦਾ ਤੁਸੀਂ ਜ਼ਾਵੀਆ ਵੇਖੋ ਕਿ ਸ਼ਿਕਾਇਤ ਕਿਹੜੀ ਪੇ ਕਰਦਾ ਹੈ। ਚਲੋ ਅਗਰ ਤੈਂ ਇਸ ਜ਼ਾਵੀਏ 'ਚ ਸ਼ਿਕਾਇਤ ਕੀਤੀ ਜੋ ਕਿਨਾਂ ਦੇ ਮੁਕਾਬਲੇ 'ਚ ਅਲੀ ਦਾ ਕੱਦ ਛੋਟਾ ਆਈ, ਫਿਰ ਇੱਕ ਨਿੱਕੀ ਜਿਹੀ ਅਲੀ ਦੇ ਨੌਕਰਾਂ ਦੀ ਵੀ ਸੁਣ ਸੇ, ਵੋ ਨੂਰ ਲਾਓ ਜੋ ਨੂਰੇ ਜਲੀ ਸੇ ਉੱਚਾ ਹੋ। ਵੋ ਨੂਰ ਲਾਓ ਜੋ ਨੂਰੇ ਜਲੀ ਸੇ ਉੱਚਾ ਹੋ। ਸ਼ਰਫ ਕਿਸੀ ਕਾ ਖੁਦਾ ਕੇ ਵਲੀ ਸੇ ਉੱਚਾ ਹੋ। ਤੂੰ ਜੰਗੇ ਬਦਰ ਸੇ ਚੱਲ ਔਰ ਫਤਿਹ ਮੱਕਾ ਤੱਕ, ਕਿਸੀ ਕਾ ਸਰ ਤੋਂ ਦਿਖਾ ਜੋ ਅਲੀ ਸੇ ਉੱਚਾ ਹੋ। ਚੁਕੇ ਅਲੀ ਹਰ ਰੰਗੇ ਚਲੀਏ, ਅਲੀ ਹਰ ਰੰਗੇ ਚ ਬੁਲੰਦੇ ਨਾ, ਅਲੀ ਦੇ ਪੁੱਤਰਾਂ ਜਿਹਾਂ ਕਹਿੰਦੇ ਪੁੱਤਰ, ਨਾ ਅਲੀ ਦੀ ਜ਼ੌਜਾ ਜਿਹੀ ਕਹਿੰਦੀ ਜ਼ੌਜਾ, ਜਿਹਨਾਂ ਸਿਰ ਲਾ ਛੋੜਾ ਹੈ, ਨਾ ਅਲੀ ਦੇ ਸਹੁਰੇ ਜਿਹਾਂ ਕਹਿੰਦਾ ਸਹੁਰਾ, ਤੇ ਚੁਕੇ ਪਤਾ ਹੈ ਅੱਜ ਦੀ ਸਜਦਾ ਜ਼ਿਕਰ ਦੀ ਇੱਕ ਕਲਾਮ ਹੈ, ਦਿਨ ਵੀ ਆਉਂਦੇ ਪਏ ਇੱਕ ਮੌਸਮਾਂ ਦੇ ਰੂਹਾਨੀਅਤ ਵਾਸਤੇ,
ਉਸ ਮਜ਼ਮਾ ਦੇ ਇੱਕ ਸੋਹਣੇ ਜਿਹੇ ਕਲਾਮ ਤੋਂ ਸ਼ਾਇਦ ਹੀ ਹੈ ਇੱਕ ਕਲਾਮ ਹੀ ਵਕਤ ਦੀ ਨਜ਼ਾਕਤ ਵਿੱਚ ਕਾਫੀ ਹੋਵੇ ਸੀ, ਲੇਕਿਨ ਸਲਵਾਤ ਇੱਕ ਪੂਰੇ ਜਜ਼ਬੇ ਨੂੰ ਇਕੱਠਾ ਕਰਕੇ ਮੁਹੱਬਤ ਨਾਲ ਮਿਲੇ। ਇੱਕ ਸਲਵਾਤ ਹੋਰ ਵੀ ਤਲਾਵਤ ਕਰੋ। ਇੱਕ ਲਫ਼ਜ਼ ਇਸਤੇਮਾਲ ਹੋਣਾ ਹੈ, ਫਕਤ ਸਿਰਫ ਮੰਨੇ ਆਦੇ ਨਾ, ਇੱਥੇ ਪੜ੍ਹੇ ਲਿਖੇ ਤਾਂ ਬੜੇ, ਲੇਕਿਨ PhD ਫਕਤ ਫਲਾਣਾ ਹੈ। ਇਸ ਫਕਤ ਵਿੱਚ ਫਿਰ ਬੜੀ ਇੱਕ ਖਸੂਸੀਅਤ ਉਹ ਆ ਪੈਂਦੀ ਹੈ, ਬਸ ਮਜ਼ੀਦ ਤਸ਼ਰੀਹਾਂ ਦੀ ਲੋੜ ਨਹੀਂ। ਉਸ ਚੁਣ ਤੋਂ ਲੈ ਕੇ ਇਸ ਤੱਕ ਸਲਵਾਤ ਮੁਕੰਮਲ ਸਾਰੇ ਪੜ੍ਹਦੇ। ਚਲੋ ਔਰ, ਚਲੋ ਔਰ ਕਿੱਥਾਂ ਕਿਉਂ ਸਤਰ ਪੇਸ਼ ਕੀਤੀ ਏ, ਚਲੋ ਤਾਰੀ ਕਿਨਸਵਾਕ ਪੜ ਲੋ ਤਹਾਰਤ ਕਮੈ ਵਰ ਫਕਤ ਸੈਯਦਾ। ਸੈਯਦਾ ਦੀ ਅਜ਼ਮਤ ਵਾਸਤੇ ਹੱਥ ਚਾਮਣੇ, ਜਾਂ ਕਿਸੇ ਜ਼ਾਕਿਰ ਤੇ ਅਹਿਸਾਨ ਕਰਕੇ ਹੱਥ ਨਹੀਂ ਚਾਮਣਾ। ਮਾਲਿਕ ਸਲਾਮਤ ਰੱਖੇ, ਤੁਸਾਂ ਬਹੁ ਜੀਓ ਲਫ਼ਜ਼ ਫਕਤ ਸਮਝਦੇ ਆਸੋ, ਫਕਤ ਸੈਯਦਾ ਹੈ, ਫਕਤ ਸੈਯਦਾ ਹੈ, ਫਕਤ ਸੈਯਦਾ ਹੈ। ਜਾਫਰੀ ਸਾਹਿਬ ਕਿਬਲਾ, ਮਦਰ ਸਾਹਿਬ ਕਿਬਲਾ, ਹਾਜੀ ਸਾਹਿਬ ਭਈਆ ਸਤ ਪੀਰ ਸਾਰੇ ਸ਼ਾਮਿਲ ਹੋ ਸੋ, ਮੇਰੇ ਨਾਲ ਹਮ ਸਫ਼ਰ ਬਣ ਸੋ, ਚਲੋ ਫਕਤ ਸੈਯਦਾ ਹੈ। ਨਬੀਓ ਕੀ ਕਿਸਮਤ ਹੈ ਸ਼ਾਹੇ ਮਦੀਨਾ, ਨਬੀ ਕਾ ਮੁਕੱਦਰ ਫਕਤ ਸੈਯਦਾ ਹੈ। ਮੋਹਤਰਮ ਭਾਈ ਨਾਸਿਰ, ਬੜੀ ਮਿਹਰਬਾਨੀ, ਮਾਲਕਾਂ ਦੇ ਪੁਰਾਣੇ ਨੌਕਰ ਹੈ। ਮਜਮੇ ਦੀ ਕੈਫੀਅਤ, ਮਜਮੇ ਦਾ ਲੈਵਲ ਉਹ ਵੇਖ ਕੇ, ਹਰ ਮਜਮੇ ਵਾਲੀਆਂ ਬਾਤਾਂ ਨਹੀਂ, ਹਰ ਮਜਮੇ ਨੂੰ ਮੋਤੀ ਨਿਛਾਵਰ ਕਰਨ ਵਾਲੇ ਨਹੀਂ। ਇਹ ਸ਼ੀਆ ਮਿਆਣੀ ਏ, ਮਿਆਰੀ ਲੋਕ ਹੋ, ਖੁਸ਼ਾਮਦ ਵਾਲਾ ਮਿਜ਼ਾਜ ਹੀ ਨਹੀਂ, ਨਾ ਖੂਨ ਵਿੱਚ, ਨਾ ਉਸਤਾਦ ਵਾਈਸ। ਬਾਬੇ ਮੋਛ ਵਾਲੇ ਦੀਆਂ ਜੁੱਤੀਆਂ ਚਾਵਣ ਵਾਲੇ ਲੋਕ ਹੈ। ਖੁਸ਼ਾਮਦ ਦੀ ਨਾ ਲੋੜ ਸਮਝਦਾ ਤੇ ਨਾ ਲੋੜ ਹੈ ਨਾ ਮਿਜ਼ਾਜ ਚ, ਚੁੱਕੇ ਸਹਿਲੋ। ਪੀਰ ਬਾਦਸ਼ਾਹ ਸੈਯਦਾ ਦਾ ਜ਼ਿਕਰ ਮੈਂ ਸ਼ੁਰੂ ਕੀਤਾ ਹੈ, ਸੁਬਾ ਸੁਬਾ ਮੈਵਰ ਫਕਤ ਸੈਯਦਾ, ਮੁਕੱਦਰ ਫਕਤ ਸੈਯਦਾ, ਇੱਕੇ ਲਾਈਨ ਚ ਤਰਾਏ ਰੁਤਬੇ ਮੈਂ ਪੜ੍ਹਨੇ ਇਸ ਬੀਬੀ ਦੇ। ਉਹ ਇਨਸਾਫ਼ ਤੇਰੇ ਤੇ ਜੋ ਤਰਾਏ ਮਰਤਬੇ, ਉਹ ਤੂੰ ਕਿਵੇਂ ਵਸੂਲ ਕਰੇ ਨੇ ਬੜੀ ਮੌਤ। ਉਹਨਾਂ ਵਿੱਚੋਂ ਸਾ ਬਹੁਤ ਨਬੂਵਤ ਕੀ ਦੁਖ ਤੇ ਵਿਲਾਇਤ ਕੀ ਜ਼ੋਜਾ, ਇਮਾਮਤ ਕੀ ਮਾਦਰ ਫਕਤ ਸੈਯਦਾ ਹੈ। ਹਾਂ
ਅੱਛਾ ਜੀ ਚਲੋ ਭਾਈ ਤਾਮਿਲ ਕਰ ਦਿਓ ਬੜੀ ਰਾਤ ਰਮਾਰਤੇ ਹੈ ਜਾਮੀ ਓ ਬਹੁਤ ਸੁੱਕ ਕੇ ਮਗਰ ਨਬੂਵਤ ਕੀ ਦੁੱਖ ਤੇ ਵਿਲਾਇਤ ਕੀ ਜ਼ੋਜਾ ਇਮਾਮਤ ਕੀ ਮਾਦਰ ਫਕਤ ਸੈਯਦਾ ਹੈ ਸ਼ੁਕਰ ਅਲਹਮਦੁਲਿਲਾ ਇਹਨਾਂ ਹੱਥਾਂ ਦੀ ਖੈਰ ਹੋਵੇ ਜਿਹੜੇ ਸੈਯਦਾ ਦੀ ਵਿਲਾਇਤ ਤੇ ਵਕਾਲਤ ਚ ਉਹ ਬੁਲੰਦ ਪਏ ਹੁੰਦੇ ਨੇ ਸਾਦਾਤ ਮੁਮਨੀਨ ਮਵਾਲੀ ਹਲਾਲੀ ਮੈਵਰ ਫਕਤ ਸੈਯਦਾ ਮੁਕੱਦਰ ਫਕਤ ਸੈਯਦਾ ਇਮਾਮਤ ਕੀ ਮਾਦਰ ਫਕਤ ਸੈਯਦਾ ਇਵੇਂ ਸਮਝੋ ਅਗਲੇ ਸ਼ੇਰ ਚ ਮੈਂ ਇਵੇਂ ਮਨਾਜ਼ਰਾ ਬੰਦ ਚ ਕਰਨਾ ਜਿਵੇਂ ਕਿਸੇ ਬਹੁਤ ਬੜੇ ਮਨਾਜ਼ਰ ਦੀ ਤਕਰੀਰ ਤੇ ਮਨਾਜ਼ਰਾ ਤੇ ਸਵਾਲਾਂ ਦਾ ਜਵਾਬ ਦੋ ਲਾਈਨਾਂ ਚ ਜਿਵੇਂ ਸਮੁੰਦਰ ਕੂਜ਼ੇ ਚ ਬੰਦ ਹੁੰਦਾ ਹੈ ਨਸਰ ਦੀ ਲੋੜ ਨਹੀਂ ਮੁਲਤਾਨਾ ਲਿਓ ਅਗਰ ਸਮਾਂ ਤਾਂ ਹੋਰ ਉੱਚੀਆਂ ਕਰ ਸਕਦੇ ਹੋ ਤਾਂ ਮੈਂ ਸ਼ੇਰ ਪਿਆ ਪੜਦਾ ਕਿਸੇ ਬਾਪ ਕੀ ਬੇਟੀਆਂ ਚਾਰ ਅਦਾਲਤ ਨਤੀਜਾ ਕਰੇ ਪਿਆਰ ਸਭ ਕੋ ਅਦਾਲਤ ਯਹੀ ਹੈ ਕਰੇ ਪਿਆਰ ਸਭ ਕੋ ਮੁਹੰਮਦ ਕੀ ਹੈ ਚਾਰ ਇੱਕ ਬੇਟੀ ਵੋ ਚਾਦਰ ਕੇ ਅੰਦਰ ਫਕਤ ਸਹੀ ਅਦਾ ਇਹੀ ਸੋਹਣੀ ਇਬਤਦਾ ਸੁਬਾ ਸੁਬਾ ਇਤਨੀ ਦੁਆ ਅੱਛਾ ਬਾਬਾ ਅੱਛਾ ਬਾਬਾ ਬਿਸਮਿਲ੍ਲਾ ਬਈ ਤਾਮਿਲ ਕਰ ਦਿਓ ਕਿਸੇ ਬਾਪ ਕੀ ਬੇਟੀਆਂ ਚਾਰ ਅਦਾਲਤ ਯਹੀ ਯਹੀ ਹੈ ਕਰੇ ਪਿਆਰ ਸਭ ਕੋ ਮੁਹੰਮਦ ਕੀ ਹੈ ਚਾਰ ਯਾ ਇੱਕ ਬੇਟੀ ਵੋ ਚਾਦਰ ਕੇ ਅੰਦਰ ਫਕਤ ਸੈਯਦਾ ਚਲੋ ਨਵੀਆਂ ਮਜਲਸਾਂ ਇਤਨੇ ਵਕਫੇ ਦੇ ਬਾਅਦ ਚਲੋ ਬਾਬਾ ਬਿਸਮਿਲ੍ਲਾ ਕਰਾਂ ਜ਼ਿੰਦਗੀਆਂ ਦਰਾਜ਼ ਹੋਣੇ ਕੋਸ਼ਿਸ਼ ਕਰਦੇ ਹਾਂ ਤਾਂ ਹੁਣ ਵਕਤ ਜਿਹੜਾ ਇਹ ਟਾਈਮ ਹੈ ਨਾ ਉਹ ਜਿਹੜੇ ਕਸੀਦੇ ਤੁਸਾਂ ਇਸ਼ਾਰਾ ਕਰਦੇ ਪਏ ਹੁਣ ਚੁੱਕੇ ਇਹ ਟਾਈਮ ਉਸੇ ਦਾ ਉਹਨਾਂ ਚਾਰ ਪੰਜਾਂ ਕਸੀਦਾਂ 'ਚੋਂ ਜਿਹੜੇ ਮੇਰੀ ਪਹਿਚਾਣ ਹੈ ਜਿਹੜਾ ਇਸ ਟਾਈਮ ਅੰਦਰੋਂ ਆਵਾਜ਼ ਉੱਠੀਦੀ ਪਈ ਹੈ ਇਸ ਟਾਈਮ ਦੀ ਕੈਫੀਅਤ ਨਾਲ ਉਹ ਹੋਣਾ ਚਾਹੀਦਾ ਤਾਂ ਮੈਂ ਬਾਈ ਮਜ਼ਰ ਦੇ ਦਿਲ ਦੀ ਤਖਤੀ ਨੂੰ ਸੈਯਦਾਂ ਚੁੱਕੇ ਔਰ ਤਾਜ਼ਾ ਜ਼ਵਾਰ ਵੀ ਹਾਂ ਤੁਹਾਡੇ ਦਿਲ ਦੀ ਤਖਤੀ ਨੂੰ ਪੜ੍ਹਦੇ ਹੋਏ ਬਾਦਸ਼ਾਹ ਗਾਜ਼ੀ ਦੇ ਆਲਮ ਦੇ ਸਾਹਮਣੇ ਮੈਂ ਪਿਆ ਪੜਦਾ ਹਬੀਬੇ ਕਾਲ ਮਿਲੀ ਹੈ ਕਾਲ ਮਿਲਾਈ ਕਹੇ ਹੈ ਕਾਲ ਮਿਲੀ ਕਿੱਥੇ ਹੈ ਮੇਰੀ ਪਹਿਚਾਣ ਕਸੀਦੇ
انہوں چوں میں ایک سلیکٹ کر کے دے. حبیب دوست محبوب دوست, لیکن کس کا حبیب؟ کہیں دا حبیب. میں سطر شروع کیتی ہے حبیب خدا نے, یعنی عام کسی دا حبیب نہیں, اللہ کے حبیب. تے کیتا کیس علی مرتضی کو ہے خیبر بلایا سویرے سویرے. حبیب خدا نے علی لا فتح کو خیبر بلایا سویرے سویرے. ٹائم ہی سویرے سویرے دا, قصیدہ ہی سویرے سویرے. اگر شیعہ میانی دا موڈ ہوئے تا خیبر دی ویڈیو بھی کھاویے. کال ملاونا لے کال ملائی, سنن والے سنی. اچھا جتنا کال کرن والے دا مقام او سنن والے دے ذہن وچ بلند ہوئے اتنا وہی کال دی اہمیت وہ ذہن چ زیادہ ہوتی ہے, وہ کام دی تعمیل اتنا وہ جلدی کرتا ہے. ہوں کال کرنے والے دی اہمیت اتنی ذہن چ آئی جو کال مکتی گئی تے سننے والے آخیا کمبر اج سواری دی تیاری چ دیر نہیں کرنی, سردار دے لہجے تو لگتا ہے ایمرجنسی کال ہے. یار کیا خوبصورت ذکر دا ماحول بن گیا. علی پہنچے, جعفری بھائی علی خیبر پہنچے, بس ویڈیو شروع کریے. علی پہنچے نبی ٹرے, علی لامن دے ارادہ کیتا, نبی رفتار ودھائی, رفتار ودھا کے بازو پھیلا کے وجہ اللہ تے دیدہ جما کے نبی آدیان ٹھہر جا. ہوں یہ راز تو تسا پک کرنے جو نبی دے ٹھہر جا دے آرڈر کچھ راز کھلنے, انہاں رازاں نو فالو کرنا ہے. علی آدھے بادشاہ اتھے زین تے بیٹھا رہا ماں, اودی وجہ رسے سو نبی راز کھولن. ٹھہر جا اترنا نہیں ہے, پیام آ گیا ہے رکابے پکڑ کئی زمانہ امام آ گیا ہے نبی نے علی کو گلے جب لگایا بڑا لطف آیا سویرے سویرے. واقعی بڑا لطف آیا, بڑا لطف آیا سویرے سویرے. مالک تو ان ہاتھوں کی خیر کرے بھائی, جڑے ایڈی سردی چی وہ بلند ہوندے پین. یہ تو لکارا چ ہاتھ پاون کا ٹائم ہے, یہ تو جیبا چ ہاتھ پاون کا ٹائم ہے. علی دی ولایت دی گرمی اتنی ہے, تھوڑی محبت تھوڑے عشق دا احترام کردے ہوئے اگلے شیر دی تشریح نہیں کردا, تے تھوڑا جہا چیک تو کراں جو میرا مجمع صبح صبح وہ معرفت دے کیڑے لیول تے پہنچ گیا. پہلا خیبر لفظ ٹھہر جا جڑا بھائی مظہر بغیر تشریح دے شعر ہے او دے پہلے لفظ تے ہی میرا مجمع اپروچ کر گیا تو میں نے چوکی خوشی ہو سی. پہلا خیبر لفظ ٹھہر جا, دوجا تاریخ دا عجیب ورکا. پہلے لفظ دی نشانی ویکھو, پہلا ٹھہر جا, اگلا لفظ اٹھو سونے والو.
ਦੁੱਖ ਲਵੇ ਸੀ ਉਹ ਬੰਦਾ ਜੇ ਅਪਰੋਚ ਨਾ ਕੀਤੀ। ਉਠੋ ਸੋਨੇ ਵਾਲੋ ਅਜਬ ਸੋ ਰਹੇ ਹੋ, ਯੇ ਸੋਨਾ ਤੁਮਾਰਾ ਅਦਾ ਬਣ ਗਈ ਹੈ। ਕਸਮ ਯੇ ਰਜ਼ਾ ਬਣ ਗਈ ਹੈ, ਫਰਿਸ਼ਤੋਂ ਨੇ ਆ ਕੇ ਖੁਦਾ ਕੇ ਵਲੀ ਕੋ ਅਦਬ ਸੇ ਜਗਾਇਆ ਸਵੇਰੇ ਸਵੇਰੇ। ਇਸ ਅਲੀ ਦੀਆਂ ਧੀਆਂ ਲੁੱਟੀਆਂ ਗਈਆਂ, ਮੇਰੀਆਂ ਸਹਿਣੀ ਉਜੜ ਗਈਆਂ। ਦੀਨ ਦੇ ਜਿਤਨੇ ਠੇਕੇਦਾਰ ਬਣਨ ਖੁਦਾ ਦੇ ਵਾਸਤੇ ਇੱਕ ਗੱਲ ਦਾ ਸੈਯਦ ਨੂੰ ਜਵਾਬ ਦੇਵਨ ਕਿ ਦੀਨ ਬਚਾਵਣ ਚ ਇੰਜ ਕਹਿੰਦੇ ਪੁੱਤਰ ਹੀ ਰੁੱਲੇ ਨੂੰ ਜਿਵੇਂ ਅਲੀ ਦੀਆਂ ਧੀਆਂ ਰੁੱਲੇ। ਮੁਮਕਿਨ ਹੀ ਨਹੀਂ ਇਤਨਾ ਖਰਚਾ, ਇਤਨੀ ਕੀਮਤ। ਸਦਾਤ ਮੁਮਨੀਨ, ਅੱਜ ਦੀ ਮਜਲਿਸ ਦੀ ਇਬਤਦਾ ਸਮਝੋ। ਅਲਹਮਦੁਲਿਲਾ, ਇਹ ਜ਼ਿਕਰ ਕਿਸੇ ਦਾ ਮੁਹਤਾਜ ਨਹੀਂ, ਕਿਸੇ ਦੀ ਇਸ ਵਿੱਚ ਮੁਤਬਰੀ ਨਹੀਂ। ਇਹ ਮਾਲਕਾਂ ਦਾ ਆਪਣਾ ਇੱਕ ਰਮਜ਼ ਹੈ, ਅੱਲਾ ਦਾ ਵਾਅਦਾ ਹੈ। ਇਸ ਪਾਕ ਵਿਹੜੇ ਨਾਲ ਇਹ ਜ਼ਿਕਰ ਹੋਣਾ ਹੈ, ਇਹ ਜ਼ਿਕਰ ਕਿਸੇ ਦਾ ਮੁਹਤਾਜ ਨਹੀਂ। ਬਾਈ ਹਾਜ ਸਾਹਿਬ ਨਾਲ ਹਨ ਮੇਰੇ ਮੋਹਤਰਮ, ਇਸ ਦਫ਼ਾ ਸਾਰੇ ਨਾਲ ਇੱਕ ਸਫ਼ਰ 'ਚ ਪਰੇਸ਼ਾਨੀ ਆਖਾਂ, ਬਜ਼ਾਇਰ ਤਾਂ ਪਰੇਸ਼ਾਨੀ ਆਈ, ਕਿਉਂਕਿ ਹਜ਼ਾਰਾਂ ਮੀਲ ਦੂਰ ਜਿਹੜਾ ਪ੍ਰਦੇਸ਼ 'ਚ ਕਹਿੰਦਾ ਕਜ਼ੀਆ ਹੋਵੇ। ਤਾਂ ਸਾਡੀ ਇੱਕ ਚਾਚੀ ਮਰਹੂਮਾ ਨਜਫ 'ਚ ਅਚਾਨਕ ਖੈਰ ਖਰੀਅਤ ਨਾਲ ਦਿਨ ਦੀਆਂ ਸਾਰੀਆਂ ਜ਼ਿਆਰਤਾਂ ਕਰਕੇ, ਅਤੇ ਇਹਨਾਂ ਲੋਕਾਂ ਦੀ ਮੈਂ ਮਿਹਰਬਾਨੀ ਸਮਝਦਾ। ਵਾਕਈ ਜਿਹੜਾ ਬੰਦੇ ਦੇ ਆਪਣੇ ਨਾਲ ਬੀਤਦੀ ਹੈ ਨਾ ਸ਼ਹਿਜ਼ਾਦਾ, ਦੁਨੀਆ ਤਾਂ ਆਗ ਛੁੱਟਦੀ ਹੈ ਨਾ, ਇਹ ਰੋਂਦੇ ਨੇ ਅਤੇ ਸ਼ੀਆ ਰੋਂਦੇ ਨੇ ਅਤੇ ਸ਼ੀਆ ਪਿੱਟਦੇ ਨੇ। ਜਦੋਂ ਵੀ ਕਿਸੇ ਦੇ ਆਪਣੇ 'ਤੇ ਗੁਜ਼ਰਦੀ ਹੈ ਨਾ, ਤਾਂ ਵੱਧ ਅਹਿਸਾਸ ਹੁੰਦਾ ਕਿ ਗਮ ਕਿਹੜੀ ਚੀਜ਼ ਦਾ ਨਾਂ ਹੈ। ਗਮ ਆਦੇ ਕਿਸ ਨੂੰ ਹਨ? ਪ੍ਰਦੇਸ਼ 'ਚ ਅਚਾਨਕ ਉਹਨਾਂ ਦੀ ਡੈਥ ਹੋਈ ਹੈ ਰਾਤ ਦੇ 1 ਵਜੇ। ਇਹ ਸਾਰੇ ਸਾਨੂੰ ਤਸੱਲੀਆਂ ਵਧੇ ਰਹਿੰਦੀਆਂ ਹਨ, ਔਰ ਸਾਡਾ ਯਕੀਨ ਕਰਾਏ ਉੱਥੇ ਨਿੱਕਾ ਜਿਹਾ ਹਮਦਰਦੀ ਦਾ ਬੋਲ ਵੀ ਜਿਹੜੇ ਜਿਹੜੇ ਬੰਦੇ ਪੇਸ਼ ਕੀਤਾ ਹੈ, ਉਹ ਇੰਝ ਲੱਗਦਾ ਵੀ ਇਹਨਾਂ ਸਾਨੂੰ ਮੁੱਲ ਖਰੀਦ ਕਰ ਗਿਆ। ਅਤੇ ਸ਼ੀਆ ਮਿਆਣੀ ਵਾਲਿਓ, ਉਸ ਵੇਲੇ ਅਹਿਸਾਸ ਹੁੰਦਾ ਆਈ ਬਈ ਪ੍ਰਦੇਸ਼ 'ਚ ਇਤਨੇ ਲੋਕ ਸਾਨੂੰ ਤਸੱਲੀ ਦੇਵਣ ਵਾਲੇ ਹਨ। ਅਜ਼ਰ ਪੀਰ, ਮੈਂ ਇੱਕ ਵਹਿਣ ਪੜਨਾ, ਕੋਈ ਤੁਲਾ ਨਹੀਂ, ਮੈਂ ਸਾਹਿਬ ਦੀ ਲੋੜ ਨਹੀਂ। ਇਤਨੇ ਬੰਦੇ ਤਸੱਲੀ ਦੇਵਣ ਵਾਲੇ ਹਨ, ਸੰਭਾਲਣ ਵਾਲੇ ਹਨ, ਖਾਸ ਕਰ ਹਾਜੀ ਸਾਹਿਬ ਤਾਂ ਕਮਾਲ ਕੀਤੀ, ਤਲੁਕੀਆ ਸਾਹਿਬ ਨਾਲ ਇਤਨੇ ਸੋਹਣੇ ਰੰਗ 'ਚ ਇਹਨਾਂ ਹੈਂਡਲ ਕੀਤਾ, ਅਤੇ ਉਹਦੇ ਬਾਵਜੂਦ ਅਸੀਂ ਸਾਰੇ ਬਾਤੀ ਕੁਝ ਸੰਭਲਵੇਂ ਦੇ ਆਸੇ। ਲੇਕਿਨ ਮਰਹੂਮਾਂ ਦੀ ਇੱਕ ਬੇਟੀ ਆਈ, ਯਕੀਨ ਕਰੋ ਉਹ ਜਿਹੜੀ ਡੈਥ ਵਾਲੀ ਰਾਤ ਆਈ, ਕੁਝ ਦੇਰ ਬਾਅਦ ਬਾਕੀ ਹਰ ਕੋਈ
ਕਦੀ ਨਿੰਦਰਾ ਵੈਂਦੀ ਹੈ ਕੋਈ ਸਮਝੇ, ਲੇਕਿਨ ਸਾਰੀ ਰਾਤ ਉਹਦੇ ਵਹਿਣ ਨਹੀਂ ਮੁੱਕੇ। ਵਲ ਵਲ ਕੇ ਜ਼ੇਨ ਵਿੱਚ ਕੁਰਾਨ ਦੀ ਕਸਮ ਹੈ, ਉਹ ਮੰਜ਼ਰ ਆਉਂਦੀਆਂ ਹਨ ਕਿ ਇਤਨੇ ਤਸੱਲੀ ਦੇ ਮਨਾ ਲੈਣ, ਉਹਦੇ ਬਾਵਜੂਦ ਹੀ ਅੰਦਰ ਕੁਜਾ ਇਹ ਮੰਜ਼ਰ ਜੋ ਕਜ਼ੀਆ ਇੱਕ ਹੋਇਆ, ਤਸੱਲੀ ਦੇ ਮਨਾ ਲਾ ਪੂਰਾ ਕਾਫਲਾ, ਤੇ ਜਿਹਦਾ ਚੰਦ ਘੰਟਿਆਂ ਚ ਭਰਾ ਘਰ ਕੋਈ ਬਣੇ। ਨਾ ਕੋਈ ਤਸੱਲੀ ਦੇਵੇ, ਨਾ ਕੋਈ ਹੌਸਲਾ ਦੇਵੇ, ਉਲਟਾ ਕੋਈ ਤਾਨੇ ਮਾਰੇ। ਦੁੱਖਾ ਜਿਹਾ ਵਹਿਣ ਹਰ ਦੌਰ 'ਚ ਮੇਰੀ ਜ਼ਾਕਰੀ ਦਾ ਹਿੱਸਾ ਰਹਿਣ, ਅਸਦ ਪੀਰ ਹਰ ਦੌਰ 'ਚ ਮੇਰੀ ਜ਼ਾਕਰੀ ਦਾ ਵਹਿਣ ਹਿੱਸਾ ਰਹਿਣ, ਜਿਹੜੀ ਜ਼ਾਕਰੀ ਦਾ ਤੁਸੀਂ ਕਹਿ ਕਹਿ ਲਓ। ਦੌਰਾਨ ਸਫ਼ਰ ਇੱਕ ਮਾਂ ਪਿਆਰੇ ਲਿਖਣ ਵਾਲੇ, ਇਸੇ ਸਫ਼ਰ 'ਚ ਇੱਕ ਵਹਿਣ ਲਿਖ ਦਿੱਤਾ ਮੈਂ ਚੰਦ ਮਿਲਸ 'ਚ, ਉਹ ਪੜ੍ਹਿਆ ਬੜਾ ਰੂਹਾਨੀਅਤ ਵਾਲੀ ਕੈਫੀਅਤ ਹੈ। ਵਹਿਣ ਕਹਿੰਦਾ ਹੈ, ਵਹਿਣ ਕਿਹੜੇ ਮੌਕੇ ਦਾ ਹੈ? ਵਹਿਣ ਉਸ ਮੌਕੇ ਦਾ ਹੈ ਜਦੋਂ ਕੈਦਾਂ ਛੁੱਟੀਆਂ, ਜ਼ੇਵਰ ਲੱਥੇ ਤੇ ਬਸ਼ੀਰ ਪੁੱਛਦਾ ਖੜਾ ਹੈ, ਬਾਦਸ਼ਾਹ ਮੈਂ ਤਾਂ ਫਕਤ ਮਹਾਰੀ ਹਾਂ, ਜ਼ਿੰਦਗੀ ਉਹਨੇ ਅਲਹਮਦੁਲਿਲਾ। ਉਸ ਹੈ ਦੀ ਵੱਡੀ ਕੀਮਤ ਹੈ ਜਿਹੜੀ ਖੁਦ ਨਿਕਲੇ, ਜਿਹੜੀ ਜ਼ਾਕਿਰ ਦੀ ਮਿੰਨਤ ਦੀ ਮੁਹਤਾਜ ਨਾ ਹੋਵੇ, ਉਹਦੀ ਵੱਡੀ ਕੀਮਤ ਹੈ। ਝੋਲੀ ਫੈਲਾਵੇਂ ਮੈਂ ਹਕੀਰ ਫਕੀਰ, ਜਿਸ ਰੰਗ 'ਚ ਤੇਰੀ ਖਿਦਮਤ 'ਚ ਮੈਂ ਵੈਣ ਮੁਲਕ 'ਚ ਪੜ੍ਹਨ, ਕੋਈ ਤਸੰਨੋ ਬਨਾਵਟ ਦੀ ਨਾ ਲੋੜ ਇਸ ਮਿੰਬਰ 'ਤੇ, ਤੇਰਾ ਮੇਰੇ ਮਿਜ਼ਾਜ ਦਾ ਹਿੱਸਾ ਹੈ। ਅਸਦ ਸ਼ਾਹ ਜੀ ਬਸ਼ੀਰ ਅਦਖੜਾ ਹੈ, ਸ਼ਬੀਰ ਦੀ ਪੱਗ ਦਾ ਵਾਰਿਸ, ਹੁਕਮ ਤਾਂ ਤੇਰੇ ਚੱਲਣੇ ਨੇ, ਮੈਂ ਤਾਂ ਫਕਤ ਮਹਾਰ ਨਾ ਪੜੀਏ। ਰਸਤੇ ਦੋ ਪਏ ਵੈਂਦੇ ਨੇ, ਇੱਕ ਸਿੱਧਾ ਮਦੀਨੇ, ਇੱਕ ਕਰਬਲਾ ਚ ਹੋ ਕੇ ਮਦੀਨੇ। ਮੇਰਾ ਬਾਦਸ਼ਾਹ ਮੈਂ ਕਿਹੜਾ ਰਸਤਾ ਲਵਾਂ, ਜਿਨ੍ਹਾਂ ਹੈ ਕੀਤੀ ਹੈ ਅਜਾ ਚੌਥਾ ਇਮਾਮ ਨਹੀਂ ਬੋਲਾ, ਯਾਤਰੀ ਜੇ ਮਾਮਲੇ ਚੋਂ ਪਤਾ ਨਹੀਂ ਕਿਹੜੀ ਮਜ਼ਦੂਰ ਦੀ ਬੁੱਢੀ ਹੋਈ ਕੂਕ ਆਈ ਹੈ। ਅਦੇ ਸਜਾਦ ਇਹਦੇ ਕੋਲ ਪੁੱਛ, ਕੋਈ ਉਹ ਰਸਤਾ ਨਹੀਂ ਜਿਹੜਾ ਨਿਖੜੀ ਦੀ ਕਬਰ ਤੇ ਵਹਿੰਦਾ ਹੋਵੇ, ਜਿਹੜੀ ਸ਼ਾਮ ਵਿੱਚ ਸਾਤੂ ਨਿਖੜ ਚੁੱਕੀ ਹੈ। ਹੁਣ ਸਮਝ ਗਏ ਹੋ ਨਾ, ਮਾਤਮੀ ਏਸ਼ੀਆ ਮਿਆਣੀ ਹੈ, ਰੋ ਤਾਂ ਸੁਣੀ ਵੀ ਪਾਉਂਦਾ, ਠੱਡਾ ਸਾਹ ਤਾਂ ਗੈਰ ਵੀ ਭਰੇਂਦਾ ਚਾਹ। ਇੱਥੇ ਤਾਂ ਮਾਤਮੀ ਲੋਕ ਵਸਦੇ ਹੋ, ਸ਼ੀਆ ਤੇ ਮਾਤਮ ਇੱਥੇ ਲਾਜ਼ਮ ਮਲਜ਼ੂਮ ਹੈ। ਜਿਹੜੇ ਮਾਤਮ ਵਾਲੇ ਹੱਥ ਬੁਲੰਦ ਹੋਣਦੇ ਪੈਣ, ਉਹ ਮੇਰੀ ਕਰੋੜ ਮਜਾਲ ਬਈ ਨਾਸਰ ਗਵਾਇਨ, ਜਦਾਂ ਇਸ ਜਿੱਕੀ ਕਬਰ 'ਤੇ ਪਹੁੰਚੇ ਹੈ ਨਾ ਬਾਈ ਜਾਨ, ਅਤੇ ਕੁਛ ਮਜ਼ਦੂਰਾਂ ਦੀਆਂ ਮੰਨਤਾਂ ਹੁੰਦੀਆਂ ਹਨ, ਅਤੇ ਉਹਨਾਂ ਆਖੇ ਹਾਜੀ ਸਾਹਿਬ ਅਸਾਂ ਪਾਕਿਸਤਾਨ 'ਚ ਕੁਝ ਦੁਰ ਬਣਵਾ ਕੇ ਖੇਲੇ ਹਾਂ, ਅਤੇ ਹਾਜੀ ਸਾਹਿਬ ਆਖੇ ਮੈਂ ਤਾਂ ਉਮਤੀ ਆ, ਮੈਂ ਹੱਥ ਨਾ ਲੈ ਸਾਂ ਸੈਯਦ ਦੇ ਹਵਾਲੇ ਕਰੂੰ, ਇਹਨਾਂ ਦੀਆਂ ਮੁੜ ਕੇ ਕੂਕਾਂ ਨਿਕਲ ਗਈਆਂ। ਇਹਨਾਂ ਆਖਿਆ ਸੈਯਦਾਦਾ ਇਹ ਦੁਰ ਆਪ ਸੰਭਾਲ, ਯਾਰ ਮੌਲਾ ਤੁਹਾਡੇ ਵਹਿਣ ਕਬੂਲ ਕਰੇ, ਤੇ ਦੁਰ ਇਸ ਰੁੱਲੀ ਹੋਈ ਸਯਜ਼ਾਦੀ ਨੂੰ ਆਪ ਪੇਸ਼ ਕਰ। ਫਤਿਹ ਕੋਈ ਦੱਸਣ ਦੀ ਲੋੜ ਤਾਂ ਨਹੀਂ ਬਈ, ਉੱਥੇ ਕਿ ਕਿਆਮਤ ਦਾ ਮੰਜ਼ਰ ਬਣ ਪੈਂਦਾ, ਇਸ ਕੋਈ ਸਾਡੀ ਕਮਾਲ ਤਾਂ ਆਉਂਦੀ ਨਹੀਂ। ਉਹ ਨਗਰੀਆਂ ਐਸੀਆਂ ਮਰ ਵੰਜਣ 'ਤੇ ਦਿਲ ਕਰਦਾ, ਮੌਤ ਵਸ 'ਚ ਸਯਜ਼ਾਦਾ ਨਹੀਂ ਆਉਂਦੀ।
سید امتیو آپ سوچو جنا سینکڑا سال بعد ساری یہ حالت ہوندی ہے جدا یہ لٹا ہوا پور پہنچے رلی ہوئی قبر تے بلکہ بعض روایت چاج سب گواہن یہ بھی ملتا ہے کہ اجاں اٹھ باندھے ودے ہیں جو اصغر دی ماں اٹھان دے بہن دا انتظار ہی نہیں کیتا نہ سرانیوں نہ پوانیوں میری ماما بہنا دیاں بزرگ ذاکر پڑھتے ہیں قبر دے نال ایویں لیٹ گئی ہے جی میں ستیاں جائیں تے ماما دیاں نال پیار کر دیاں اور سجی ماں قبر تو ولا کے آدھی سکینہ جاگ ولے ویندے ہیں بانی مجلس کوئی وکری خیرات مل گئی ہے کوئی وکری کیفیت بڑھ گئی ہے بسم اللہ بسم اللہ ولے ویندے ہیں مولا قبول کرنے ہیں صدا سکی رہو قبر تے باہ ولا کے آدھی ہے جاگ ولے میں چلو انتظار میں کراوی ہے مقصد ہے اس خیرات نہ لے بسم اللہ مولا مولا تھوڑے بہن قبول کرے ہر بندہ اچھے بہن کر کے نہیں رو سکتا چلو جنہ دی فطرت اچھے بہن کر کے رومنا یا ماتم والے ہاتھ چومنا انہوں نے میں سید دعوت دینا میرے بچے ہو میرے جوان ہو میرے بزرگ ہو میری اماں بہن دیاں قبر چ آواز آتی ہے اماں 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 تو میری قبر تے ہاتھ رکھ کے ول ول آدی ہیں جو ولے وینے ہیں اماں تو ملدی پئی ہے میرا سجاد نہیں آیا رشتہ دی عجیب کیفیت ہے انہ بھیڑی نو چونکہ بھیراما تے او بسم اللہ کراں کیا بات ہے انہ اکھاں دے وضو دی کچھ گلاں بھیڑی دیاں ایسی آندیاں جڑیاں کئی رشتے نال کریندیاں ہی نہیں سیزادہ او فقط بھیراما نال کریندیاں عجیب حسرت بھری اے گل ہے عجیب حسرت بھری بھیڑ دی فطری بات ہے جناب رباب آدن ہیں معصومہ سجاد نال کوئی وکھری کرنی آئی ہاں ماں سجاد نال میں او کرنی ہے جڑی تھوڑے نال نہیں کر سکتی بی بی آدے سجاد جلدی آ قبر والی کوئی تیرے نال گل کرنا چاہتی ہے انہوں سجاد باندھا ودائی قبر تے ہاتھ رکھیں دا ودائی یا زخمی کرنا والی میں دے دا ماتمی ہاتھ کتنے بلند ہیں زخمی کرنا والی ایک عجیب قبر چو غربت بھرا وین کیتا ہے رو رو کے پیا دیے تو ٹوری یا ویندے وقت نہ دے تھی کے سجاد رہائے میں کو ویرن شمار تو ڈارے لگ دے تو ٹوری جنہ دے ہاتھ ماتم واسطے بنے نا کیا بات ہے بچیاں دی حالت ویکھو یار چونکہ حسین دی معصومہ دا بہن بچے رو دے پے رو رو کے آواز پئی آندی ہے تو ٹر سنے ہاں سنے نا شمار تو ڈارے لگ دے وچ قبرستان غریباں دے میں رہ گئی ہاں تنہائے ان شاء اللہ تنہائی کینو نہ ملے پردیس دی برداشت کرو تا ایک وینڈ پڑھا اچھا بابا ہاتھ کیوں جڑے دیو رو رو کے پیا دیے وچ قبرستان غریباں دے میں رہ
अच्छा बाबा रो रो के पैया दिए तू टूरिया कबर चुमे संभल के भाई संभल के शिया में आने वाले हो आवाज आता है कोई भेण भेरा दे लथे जंजीर वे के वो तो खुश होती है कोई भेण भी होवे भेरा दे जंजीर लामन के दा छुड़न भेणी तो खुश होनी अल तू रोंदी क्यों पई है आधी मने दिया भेणी खुश होनी अल लेके रोवन की वजह भी तो पूछ कबर चुठाई मार के पया दिए तेरे आप दिले मातम ना करे से किसे जाकर ते एहसान करने आदिए भेड़ कोल वजह तो पूछ ले रो रो के पया दिए तेरे आप दिले जंजीर गए मैंने गल विच होने वीर सिया है ने मैं मलाण दे बाद भी कह दिन हां मेरी नहीं तई कह दिन हां मैं कुवीरण शिमार तू डारे लग गए मैं मरण दे बाद सलाम करा चा या एक बैंड और पढ़ा चा अच्छा हाजी साहब एक सतर मसैब दे हवाले नाल चुके बड़े मंजूरी वाले लोग हो असद पीर एक अजीब गल कीती अस वापसी हर वेले सुन दे हो रिहाई हर वेले सुन दे हो लेकिन ये सतर एक मोहर वाली सतर ही सदा तकसरियत च मौजूद हो जिन्हें मुसल्ला ते रोमना है शिया जनाबे सजाद सोचे कुछ भेड़ नाल ऐसी गल्ला करा जो भेड़ दा दर्द तकसीम होवे ते भेड़ चुप करके सानू वंजन दी इजाजत च देवे कबर चुमेंदा है आदिन मेरी मासूमा भेड़ ये तो किस्मत की गल होंदी है जिवें सजन तसलियां ने निल मैं मासूमा जितनियां बीबियां खड़ोतियां ना जेड़ी लुट मिली है मासूमा लुट मिल गई है मैं सारियां नू जेड़ा जेड़ा समान मिला है मैं वापस कीता है ओ मेरियां मामा भेणा मासूमा यकीन कर जेड़ी तेरा अमानतान वो भी मैं गिन आया इवें कबर ते गंढड़ी खोलनी शुरू की थी जिना बेतहाशा पिटना है अजा गंढड़ी कबर ते रखे ना वधाई कबर पहले तू ज्यादा हली है रो रो के पया दिए मैं तेरी ते चादर इतना रखे ए मैया तू लुटाण तू नहीं डरदे मेरे दूर ते इस तो बड़े मसाय अपने युद्ध रो रो के पया दिए मैंने तो ते चादर इतना रखी है मैया तू लुटाण तू नहीं डर दे मेरे दूर ते चादर जानी नसीब अभी या सुन मैया तू लुटाण तू नहीं डर दे मत प्यू दा का तिल कबार विचू बने जुलम दे नाल लहाए मैं कुवी रण शिमार तू ना हाय मासूमा